ਅਸਲਾਮ ਅਲੈਕੁਮ, ਕੀ ਹਾਲ ਚਾਲ ਹੈ ਵੀਰਾਂ ਦਾ ਭਰਾਵਾਂ ਦਾ? ਤੁਸੀਂ ਵੇਖਦੇ ਪਿਓ ਤੁਹਾਡਾ ਮਨ ਭਾਵਣਾ ਯੂਟਿਊਬ ਚੈਨਲ ਰੰਗਲਾ ਪੰਜਾਬ, ਅਤੇ ਮੈਂ ਵਾਂ ਤੁਹਾਡਾ ਸੰਗੀ, ਤੁਹਾਡਾ ਮਿੱਤਰ ਜ਼ਹੀਰ ਲਸ਼ਾਰੀ। ਅਤੇ ਅੱਜ ਸਾਡੇ ਬਹੁਤ ਹੀ ਪਿਆਰੇ ਮਿੱਤਰ ਜਨਾਬ ਅਦੀਲ ਉਰਫ ਨੀਲਾ ਸਾਹਿਬ ਦੀ ਸ਼ਾਦੀ ਖਾਨਾ ਆਬਾਦੀ ਹੈ ਔਰ ਮਕਾਮੀ ਹੀ ਬਰਾਤ ਹੈ ਔਰ ਮਸਜਿਦ ਦੇ ਵਿੱਚ ਇਹ ਵੇਖੋ ਜਨਾਬ ਮਸਜਿਦ, ਉਹ ਇੱਥੇ ਸਲਾਮੀ ਦੇਣ ਵਾਸਤੇ ਆਏ ਨੇ। ਅਤੇ ਓਏ ਇਮਾਮ ਮਸਜਿਦ ਸਾਹਿਬ ਦੀ ਵੀ ਕੋਈ ਖਿਦਮਤ ਕਰੋ ਓਏ। ਰਿਜ਼ਵਾਨ ਸਾਹਿਬ ਨੇ ਉਹਨਾਂ ਨਾਲ ਇਹ ਹੱਥ ਫਿਰਾਓ, ਰਿਜ਼ਵਾਨ ਸਾਹਿਬ ਤੁਸੀਂ ਸਿਰ ਤੇ ਹੱਥ ਫਿਰਾਓ ਸਲਮਾਨ ਭਾਈ ਤੋਂ। ਨਹੀਂ ਹੋ ਗਿਆ ਜੀ ਮਾਸ਼ਾਅੱਲਾ, ਹੁਣ ਤੱਕ ਬਰਾ ਘਰ ਨੇੜੇ ਹੈ। ਇਹ ਨਾਲ ਜਿਹੜੇ ਦੋਸਤ ਸਾਥੀ ਆਉਂਦੇ ਨੇ ਸਲਾਮ ਕਰਵਾਉਣ ਲਈ ਮਸਜਿਦ, ਬਰਾਤ ਆਫ ਸਾਹਿਬ ਨੂੰ ਵੀ ਸਲਾਮੀ ਦਿਓ ਯਾਰ, ਤੁਸੀਂ ਲੋਕਾਂ ਤੋਂ ਸਲਾਮੀ ਲੈਣੀ ਹੈ ਅਤੇ ਆਫ ਸਾਹਿਬ ਨੂੰ ਦੇਣੀ ਜੀ। ਇਹ ਵੇਖੋ ਆਫ ਸਾਹਿਬ ਇੱਕ ਬੈਠੇ ਨੇ, ਇਹ ਪਿੰਡ ਦੇ ਵਿੱਚ ਮਾਸ਼ਾਅੱਲਾ ਜੀ ਸ਼ਾਦੀ ਹੈ ਸਾਡੀ ਔਰ ਮਕਾਮੀ ਹੀ ਬਰਾਤ ਹੈ ਔਰ ਇਹ ਸਲਾਮੀ ਵੀ ਆ ਗਈ। ਦੁਲਾ ਦੁਲੇ ਨੂੰ ਰਿਕੁਐਸਟ ਕਰਾਂਗੇ ਵੀ ਥੋੜ੍ਹਾ ਜਿਹਾ ਉਹਨੂੰ ਕਵਰ ਕਰ ਲਈਏ। ਆਹ ਬਾਬਾ ਇਹਨੇ ਵੀ ਸ਼ਾਦੀ ਕਰਾਈ ਸੀ ਅਤੇ ਹੁਣ ਇਹ ਆ ਚਾਦਰਾਂ ਲਈ ਫਿਰਦਾ। ਹਸਨ ਸਾਹਿਬ ਨੇ, ਰਿਜ਼ਵਾਨ ਭਾਈ ਨੇ ਇਸ ਵਕਤ ਦੁਲਾ ਆਪਣੀ ਮੰਜ਼ਿਲ ਦੀ ਤਰਫ ਰਵਾਂ ਦਵਾਂ ਹੈ ਜੀ। ਇਹ ਵੇਖੋ ਨਾਲ ਸਰਬਾਲਾ ਇੱਕ ਜ਼ਿੰਮੇਦਾਰ ਫਰਦ ਹੋਣ ਦਾ ਮੁਜ਼ਾਹਰਾ, ਜਿਸ ਵੇਲੇ ਮੌਲਵੀ ਸਾਹਿਬ ਨੇ ਕਿਹਾ ਨਾ ਇਸ ਸ਼ਖਸ ਜਿਹੜਾ ਇੱਥੇ ਆਇਆ ਬੈਠਾ ਮੈਨੂੰ ਪਿਆ ਸਾਹਿਬ। ਮਾਸ਼ਾਅੱਲਾ ਇਹ ਸਾਡਾ ਅੱਜ ਦਾ ਵਲੌਗ ਰੰਗਲਾ ਪੰਜਾਬ ਤੇ ਤੁਸੀਂ ਵੇਖ ਰਹੇ ਹੋ, ਮੈਂ ਤੁਹਾਡਾ ਮਿੱਤਰ ਜ਼ਹੀਰ ਲਸ਼ਾਰੀ ਤੇ ਸਲਮਾਨ ਅਦੀਲ ਭਾਈ, ਉਹਨਾਂ ਨੂੰ ਰੰਗਲਾ ਪੰਜਾਬ ਦੀ ਟੀਮ ਵੱਲੋਂ ਢੇਰੋ ਢੇਰ ਵਧਾਈਆਂ ਔਰ ਮਾਸ਼ਾਅੱਲਾ ਆਪਣੀ ਮੰਜ਼ਿਲ ਵੱਲ ਜਾ ਰਹੇ ਨੂੰ ਸਾਡੀ ਦੁਆ ਹੈ ਅੱਲਾਹ ਤਾਲਾ ਬਖੈਰ ਓ ਆਫੀਅਤ ਇਹਨਾਂ ਨੂੰ ਲੈ ਕੇ ਜਾਵੇ ਔਰ ਖੁਸ਼ ਸਲੂਬੀ ਨਾਲ ਬਾਕੀ ਜ਼ਿੰਦਗੀ ਜੀਣ ਦੀ ਤੌਫੀਕ ਅਤਾ ਫਰਮਾਏ। ਬਰਾਹਿਮ ਇਸ ਵਕਤ ਮੌਜੂਦ ਹੈ, ਉਹਨੂੰ ਵੀ ਪਤਾ ਵੀ ਸਰਦੀਆਂ ਹਨ ਜਾਂ ਦਿਹਾੜੀ ਚੰਗੀ ਲੱਗ ਸੀ। ਅਤੇ ਸਾਡੇ ਨਾਲ ਰਹੋ ਜੀ, ਵੇਂਦੇ ਰਹੋ ਤੁਹਾਡਾ ਮਨ ਭਾਵਣਾ ਯੂਟਿਊਬ ਚੈਨਲ ਰੰਗਲਾ ਪੰਜਾਬ, ਅਤੇ ਮੈਂ ਵਾਂ ਤੁਹਾਡਾ ਸੰਗੀ, ਤੁਹਾਡਾ ਮਿੱਤਰ ਜ਼ਹੀਰ ਲਸ਼ਾਰੀ। ਲਓ ਜੀ ਇੱਥੇ ਕੁਝ ਸਾਡੇ ਸੰਗੀ ਸਾਡੇ ਮਿੱਤਰ ਪੰਜਾਬੀ ਗੇੜਾ ਵੀ ਦੇਣਗੇ। ਪੂਰਨ ਸਾਹਿਬ ਗੇੜਾ ਤਾਂ ਹੋਣਾ ਚਾਹੀਦਾ ਆ। ਸ਼ਾਦੀ ਖਾਨਾ ਵਧੀ ਹੈ ਜੀ ਸਾਡੇ ਬਹੁਤ ਹੀ ਪਿਆਰੇ ਮਿੱਤਰ ਸਲਮਾਨ ਸਾਹਿਬ ਦੀ, ਆਹ ਤੁਹਾਨੂੰ ਸ਼ਾਦੀ ਲਾਈਵ ਖਾਣੇ ਹੈ। ਗੱਲ
ਰਹਿਣ ਦੇ ਬੁਲ।